ਕੱਲ ਸਾਡੇ ਇੱਕ ਮੈਂਬਰ ਸਾਹਿਬ ਚੜ੍ਹਾਈ ਕਰ ਗਏ ਸੀ, ਸਰਦਾਰ ਗੁਰਤੇਜ ਸਿੰਘ ਜੀ ਢੱਡੇ ਸਾਹਿਬ। ਸਾਰਿਆਂ ਨੇ ਪਹਿਲਾਂ ਮੀਟਿੰਗ ਦੇ ਵਿੱਚ ਅਤੇ ਸਾਰੇ ਸਟਾਫ ਨੇ ਗਹਿਰਾ ਦੁੱਖ ਪ੍ਰਗਟ ਕੀਤਾ, ਅਫਸੋਸ ਇੱਥੇ ਜ਼ਾਹਰ ਕੀਤਾ। ਉੱਥੇ ਨਾਲ ਗੁਰੂ ਸਾਹਿਬ ਜੀ ਦੇ ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ, ਕਿਉਂਕਿ ਵੱਡੀ ਘਾਟ ਹੁੰਦੀ ਹੈ ਜਦੋਂ ਕੋਈ ਇਸ ਤਰ੍ਹਾਂ ਸ਼ਖਸੀਅਤਾਂ ਜਾਂਦੀਆਂ। ਧਰਮ ਦੇ ਪ੍ਰਚਾਰ ਦੇ ਵਿੱਚ ਉਹਨਾਂ ਨੇ ਆਪਣੀ ਵੱਡੀ ਭੂਮਿਕਾ ਨਿਭਾਈ, ਕਿਉਂਕਿ ਇਹ ਇੱਕ ਐਸੀ ਸੰਸਥਾ ਵਾ ਜਿਸ ਦੇ ਮੈਂਬਰ ਜਿਹੜੇ ਆ ਉਹ ਨਿਸ਼ਕਾਮ ਸੇਵਕ ਨੇ, ਵਲੰਟੀਅਰ ਹੋ ਕੇ ਸੇਵਾ ਕਰਦੇ ਆ। ਸੋ ਜਿਹੜੀਆਂ ਸੰਸਥਾਵਾਂ ਦੇ ਮੈਂਬਰ ਨਿਸ਼ਕਾਮ ਸੇਵਕ ਔਰ ਵਲੰਟੀਅਰ ਹੋ ਕੇ ਸੇਵਾਵਾਂ ਕਰਦੇ ਹੋਣ, ਉਹਨਾਂ ਦੇ ਸਬਰ ਅਤੇ ਸੰਤੋਖ ਨੂੰ ਪਰਖਣ ਦੀ ਹੋਰ ਲੋੜ ਨਹੀਂ ਹੁੰਦੀ। ਸੋ ਮੈਂ ਸ਼ਰਧਾ ਦੇ ਫੁੱਲ ਭੇਂਟ ਕਰਦੀ ਹਾਂ ਸਾਰੀ ਸੰਸਥਾ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਅਤੇ ਸਾਰੇ ਆਪਣੇ ਵੱਲੋਂ, ਸਾਰੀ ਸੰਸਥਾ ਦੇ ਸਾਡੇ ਸੇਵਾਦਾਰਾਂ ਵੱਲੋਂ, ਅਧਿਕਾਰੀਆਂ ਵੱਲੋਂ, ਮੁਲਾਜ਼ਮਾਂ ਵੱਲੋਂ ਅਤੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੀ ਹੋ ਸੱਜਣ ਅਸੀਂ ਸੜੀਆਂ ਜਿਉਂ ਹੋ ਗਏ ਸਾਹਿਬ ਸੁਮੇ। 30 ਮਾਰਚ ਨੂੰ ਸਾਡਾ ਬਜਟ ਆ ਰਿਹਾ। ਮੈਂ ਜਦੋਂ ਪਹਿਲੀ ਅਸੀਂ ਇਜਲਾਸ ਕੀਤਾ ਸੀ, ਪਹਿਲਾਂ ਅਸੀਂ ਮੀਟਿੰਗ ਕੀਤੀ ਸੀ ਐਗਜੈਕਟਿਵ ਦੀ, ਅਤੇ ਮੈਂ ਇੱਕ ਬਿਆਨ ਦਿੱਤਾ ਸੀ, ਅਸੀਂ ਐਲਾਨ ਕੀਤਾ ਸੀ ਕਿ ਹਰ 3 ਮਹੀਨੇ ਬਾਅਦ ਜਿਹੜਾ 3 ਮਹੀਨੇ ਦਾ ਲੇਖਾ ਜੋਖਾ ਇੱਕ ਤਾਂ ਉਹ ਕਰਿਆ ਕਰਾਂਗੇ, ਇੱਕ ਜਿਹੜੇ ਸਮਾਗਮ ਕਰਨੇ ਆ ਜਾਂ ਕੋਈ ਇਤਿਹਾਸਿਕ ਤੌਰ 'ਤੇ ਸਾਡੇ ਦਿਹਾੜੇ ਆਉਂਦੇ ਆ ਉਹਨਾਂ ਨੂੰ ਰੂਪ ਰੇਖਾ ਦੇਣ ਵਾਸਤੇ ਅਸੀਂ ਸਾਰੀ ਵਿਉਤਬੰਦੀ ਕਰਾਂਗੇ। ਅੱਜ ਕਿਉਂਕਿ ਪਹਿਲਾਂ ਨਨਕਾਣਾ ਸਾਹਿਬ ਦੇ ਸ਼ਹੀਦਾਂ ਦਾ ਅਸੀਂ ਦਿਹਾੜਾ ਮਨਾਇਆ, ਉਹ ਬੜੇ ਉੱਚੇ ਪੱਧਰ 'ਤੇ ਔਰ ਬੜੀ ਸੰਗਤ ਦੀ ਵੱਡੀ ਸ਼ਮੂਲੀਅਤ ਦੇ ਨਾਲ ਮਨਾਇਆ, ਅਤੇ ਸੰਗਤ ਵਿੱਚ ਉਸ ਇਤਿਹਾਸ ਦਾ ਇਕੱਲੇ ਇਕੱਲੇ ਘਰ ਵਿੱਚ ਉਹ ਦਿਹਾੜੇ ਦੇ ਸੰਬੰਧਿਤ ਜੋ ਇਤਿਹਾਸ ਸੀ, ਸੁਨਹਿਰੀ ਇਤਿਹਾਸ, ਉਹ ਪਹੁੰਚਾਇਆ। ਹੁਣ ਵੀ ਕਿਉਂਕਿ ਹਰ ਹਲਕੇ ਦੇ ਵਿੱਚ ਸਿੰਘ ਸਾਹਿਬ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਦੋਂ ਐਲਾਨ ਕੀਤਾ ਸੀ ਕਿ ਸਾਰੇ ਹਲਕਿਆਂ ਵਾਲੇ ਅਤੇ ਸਾਰੀਆਂ ਜਥੇਬੰਦੀਆਂ ਅਤੇ ਸਾਰੀਆਂ ਸਿੰਘ ਸਭਾਵਾਂ ਅਤੇ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਉਹ ਹਰ ਹਲਕੇ ਦੇ ਵਿੱਚ ਸਮਾਗਮ ਕਰਾਉਣ, ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਇਹ ਹੁਕਮ ਲੱਗਾ ਸੀਗਾ ਕਿ ਉਹ 5-5 ਸਮਾਗਮ ਆਪਣੇ ਇਲਾਕੇ 'ਚ ਕਰਾਉਣ। ਉਹਦਾ ਕਾਰਨ ਕੀ ਸੀ ਕਿ ਸਾਡਾ ਸੁਨਹਿਰੀ ਇਤਿਹਾਸ ਜਿਹੜਾ ਜਿਹਦੇ ਕਰਕੇ ਜਿਹਨਾਂ ਦੀ ਕੁਰਬਾਨੀਆਂ ਕਰਕੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ, ਗੁਰਦੁਆਰਾ ਸੁਧਾਰ ਲਹਿਰ ਹੋਇਆ, ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕੀਤਾ ਗਿਆ, ਉਹ ਸਾਰੇ ਇਤਿਹਾਸ ਨੂੰ ਕੌਮ ਦੇ ਘਰ ਘਰ ਵਿੱਚ ਪਹੁੰਚਾਉਣਾ ਸਾਡੇ ਵਾਸਤੇ ਲਾਜ਼ਮੀ ਹੈ। ਸੋ ਇਸ ਕਰਕੇ ਉਹ ਸਮਾਗਮ ਬੜੀ ਉਹ ਸਾਰੀ ਅਸੀਂ ਫੀਡਬੈਕ ਲੈ ਰਹੇ ਸੀ। ਅੱਜ ਮੈਂ ਦੁਆਬੇ ਦੇ ਸਾਰੇ ਮੈਂਬਰ ਅਤੇ ਮਾਝੇ ਦੇ ਸਾਰੇ ਜ਼ਿਲ੍ਹਿਆਂ ਦੇ, ਤਰਨ ਤਰਨ, ਗੁਰਦਾਸਪੁਰ, ਸ੍ਰੀ ਅੰਮ੍ਰਿਤਸਰ ਸਾਹਿਬ ਜਾਂ ਦੁਆਬੇ ਦਾ ਸਾਰੇ ਜਿਹੜੇ ਜ਼ਿਲ੍ਹੇ ਸੀ ਰੋਪੜ ਤੱਕ, ਉਹਨਾਂ ਸਾਰਿਆਂ ਨੂੰ ਬੁਲਾਏ ਸੀਗੇ। ਔਰ ਮੈਨੂੰ ਖੁਸ਼ੀ ਹੋਈ ਹੈ ਕਿ ਉਹਨਾਂ ਨੇ ਐਡਾ ਸੋਹਣਾ ਜਿੱਥੇ ਸੁਝਾਅ ਦਿੱਤੇ ਹੈ, ਉੱਥੇ ਆਉਣ ਵਾਲੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਦੀ ਸ਼ਤਾਬਦੀ ਜਿਹੜੀ ਮਨਾਉਣੀ ਹੈ ਉਹਦੇ ਸੰਬੰਧ ਵਿੱਚ ਬੜੇ ਹੀ ਵਧੀਆ ਅਤੇ ਬੜੇ ਉੱਚੇ ਵਿਚਾਰ ਦੇ ਕੇ ਕਿਹਾ ਕਿ ਇਹਨੂੰ ਜਿੰਨੇ ਸੋਹਣੇ ਢੰਗ ਦੇ ਨਾਲ ਔਰ ਜਿੰਨਾ ਇਹ ਵੱਡੇ ਪੱਧਰ ਦੇ ਉੱਤੇ ਮਨਾਇਆ ਜਾ ਸਕੇ ਉਸ ਢੰਗ ਨਾਲ ਸਾਨੂੰ ਮਨਾਉਣੀ ਚਾਹੀਦੀ ਹੈ। ਔਰ ਸਾਰਿਆਂ ਨੇ ਬੜੀ ਖੁਸ਼ੀ ਜ਼ਾਹਰ ਕੀਤੀ ਔਰ ਇਹ ਵੀ ਕਿਹਾ ਕਿ ਅਸੀਂ ਤਨ ਮਨ ਧਨ ਦੇ ਨਾਲ ਇਹਦੇ ਵਿੱਚ ਸੇਵਾਵਾਂ ਕਰਾਂਗੇ ਔਰ ਕੋਈ ਵੀ ਮੈਂਬਰ ਜਿਹੜਾ ਪਿੱਛੇ ਨਹੀਂ ਰਹੇਗਾ। ਹਰ ਇੱਕ ਦੇ ਮਨ ਵਿੱਚ ਚਾਹੋ ਹੈ ਕਿ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾਬਦੀ ਜਿਹੜੀ ਹੈ 400 ਸਾਲਾਂ ਦੀ ਪ੍ਰਕਾਸ਼ ਉਤਸਵ ਦੀ ਉਹ ਧੂਮਧਾਮ ਨਾਲ ਮਨਾਈਏ, ਚੜ੍ਹਦੀ ਕਲਾ ਨਾਲ ਮਨਾਈਏ ਔਰ ਘਰ ਘਰ ਅੰਦਰ ਇੱਕ ਸੁਨੇਹਾ ਜਿਹੜਾ ਦੁਨੀਆ ਦੇ ਲੋਕਾਂ 'ਚ ਚਲੇ ਜਾਈਏ ਕਿ ਉਹਨਾਂ ਨੇ ਧਰਮ ਦੀ ਖਾਤਰ, ਉਹਨਾਂ ਨੇ ਸੰਸਾਰ ਦੇ ਲੋਕਾਂ ਦੀ ਸੰਸਕ੍ਰਿਤੀ ਨੂੰ ਬਚਾਉਣ ਦੀ ਖਾਤਰ, ਉਹਨਾਂ ਨੇ ਮਾਨਵਤਾ ਦੇ ਜੋ ਜ਼ੁਲਮ ਸਨ ਉਹਨਾਂ ਨੂੰ ਖਤਮ ਕਰਨ ਦੀ ਖਾਤਰ ਜਿਹੜੀ ਆਪਣੀ ਭੂਮਿਕਾ ਨਿਭਾਈ ਸੀਗੀ, ਬਹੁਤ ਵੱਡੀ ਉਹਨਾਂ ਦੀ ਸ਼ਹਾਦਤ ਸੀਗੀ। ਅਤੇ ਉਹਨਾਂ ਦੇ ਪ੍ਰਕਾਸ਼ ਤੋਂ ਲੈ ਕੇ ਉਹਨਾਂ ਦੀ ਸ਼ਹਾਦਤ ਤੱਕ ਜਿਹੜਾ ਇਤਿਹਾਸ ਹੈ ਉਹ ਸੰਗਤਾਂ ਤੱਕ ਪਹੁੰਚਾਇਆ ਜਾਵੇ। ਇਹ ਵੀ ਵਿਚਾਰ ਕੀਤੀ ਗਈ ਹੈ ਕਿ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਰਚੀ ਗਈ ਹੈ ਉਸ ਬਾਣੀ ਨੂੰ ਸੰਗ੍ਰਹਿ ਕਰਕੇ ਸੰਗਤਾਂ ਵਿੱਚ ਵੰਡਿਆ ਜਾਵੇ। ਇਹ ਵੀ ਕਿਹਾ ਗਿਆ ਕਿ ਉਹਨਾਂ ਦੇ ਜੀਵਨ ਦਾ ਇਤਿਹਾਸ ਜਿਹੜਾ ਉਹ ਵੀ ਲਿਖ ਕੇ ਪੈਂਫਲੇਟ ਦਿੱਤੇ ਜਾਣ ਔਰ ਜਾਂ ਜਿੰਨੀਆਂ ਵੀ ਉਹਨਾਂ ਦੇ ਨਾਲ ਸੰਬੰਧਿਤ ਕਿਤਾਬਾਂ ਨੇ ਉਹ ਵੀ ਸੰਗਤਾਂ ਵਿੱਚ ਵੰਡੀਆਂ ਜਾਣ, ਉਹ ਸਾਰੀਆਂ ਅਸੀਂ ਤਿਆਰੀਆਂ ਕਰ ਰਹੇ ਹਾਂ। ਸੋ ਜਿੱਥੇ ਅਸੀਂ ਬਾਬਾ ਬਕਾਲਾ ਸਾਹਿਬ ਤੋਂ ਸਮਾਗਮ ਸ਼ੁਰੂ ਕਰ ਰਹੇ ਹਾਂ, ਵੱਡੇ ਸਮਾਗਮ ਉੱਥੇ 3-3, 4-4 ਦਿਨ ਦੇ ਉਲੀਕੇ ਹੈ। ਸ਼੍ਰੀ ਕੇਸਗੜ੍ਹ ਸਾਹਿਬ ਵੱਡੇ ਸਮਾਗਮ ਉਲੀਕੇ ਹੈ, ਉਹ ਤਰੀਕਾ ਤੁਹਾਨੂੰ ਨਾਲ ਲਿਖ ਕੇ ਦਿੱਤੀਆਂ ਜਾਣਗੀਆਂ ਕਿ ਕਿਸ ਤਰ੍ਹਾਂ ਅਸੀਂ 16 ਮਾਰਚ, 17 ਮਾਰਚ, 18 ਮਾਰਚ ਨੂੰ ਵੱਡੇ ਸਮਾਗਮ ਪਹਿਲਾਂ ਬਾਬਾ ਬਕਾਲਾ ਸਾਹਿਬ ਵਿਖੇ, ਫਿਰ 24, 25, 26, 27, 28 ਕੇਸਗੜ੍ਹ ਸਾਹਿਬ ਵਿਖੇ, ਫਿਰ 10, 11, 12, 13 ਅਪ੍ਰੈਲ ਤਲਵੰਡੀ ਸਾਬੋ ਵਿਖੇ, ਉਸ ਤੋਂ ਬਾਅਦ ਜਿਹੜਾ ਸਮਾਗਮ ਹੈ ਉਹ 38 ਤਰੀਕ ਤੋਂ ਲੈ ਕੇ 1 ਤਰੀਕ ਤੱਕ ਵੱਡੇ ਸਮਾਗਮ ਜਿਹੜੇ ਹੈ ਉਹ ਇੱਥੇ ਸ਼੍ਰੀ ਅੰਮ੍ਰਿਤਸਰ ਸਾਹਿਬ, ਕਿਉਂਕਿ ਗੁਰੂ ਕਾ ਮਹਿਲ ਜਿਹੜਾ
ਉੱਥੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ। ਇਸ ਅਸਥਾਨ ਨੂੰ ਸਨਮਾਨ ਦੇਣ ਲਈ ਔਰ ਇਹਨੂੰ ਨਮਸਕਾਰ ਕਰਨ ਲਈ ਸਾਰੀ ਦੁਨੀਆ ਲੋਕ ਇੱਥੇ ਆ ਕੇ ਮੱਥਾ ਟੇਕਣ, ਉਹਦੇ ਵਾਸਤੇ ਇਹ ਵੀ ਫੈਸਲਾ ਕੀਤਾ ਗਿਆ ਕਿ ਵੱਧ ਤੋਂ ਵੱਧ ਨਗਰ ਕੀਰਤਨ ਜਿਹੜੇ ਹੈ ਹਰ ਹਲਕੇ ਦੇ ਵਿੱਚੋਂ ਕੋਸ਼ਿਸ਼ ਕਰੇ ਹਰ ਮੈਂਬਰ ਕਿ ਉਹ ਆਪਣੇ ਹਲਕਿਆਂ ਦੇ ਵਿੱਚੋਂ ਨਗਰ ਕੀਰਤਨ ਸਜਾ ਕੇ ਲੈ ਕੇ ਆਉਣ, ਅਤੇ ਗੁਰੂ ਕਾ ਮਹਿਲ ਜਿਹੜਾ ਉਸ ਇਤਿਹਾਸ ਤੋਂ ਜਾਣੂ ਕਰਵਾਉਣ ਵਾਸਤੇ ਸੰਗਤਾਂ ਨੂੰ ਉੱਥੇ ਨਤਮਸਤਕ ਹੋਣ ਦਾ ਮੌਕਾ ਦੇ ਸਕੇ। ਸੋ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਹਨ, ਜਿੰਨੀਆਂ ਵੀ ਧਾਰਮਿਕ ਅਸਥਾਨ ਹਨ, ਜਿੰਨੀਆਂ ਵੀ ਸਿੰਘ ਸਭਾਵਾਂ ਹਨ ਜਾਂ ਸਾਡੇ ਮੈਂਬਰ ਸਾਹਿਬਾਨ ਹਨ, ਮੈਂ ਉਹਨੂੰ ਨਿਮਰਤਾ ਸਹਿਤ ਬੇਨਤੀ ਕਰਦੀ ਹਾਂ ਕਿ ਵੱਧ ਤੋਂ ਵੱਧ ਜਿਹੜੇ ਨਗਰ ਕੀਰਤਨ ਹੈ ਉਹ ਆਪਣੇ ਆਪਣੇ ਇਲਾਕਿਆਂ 'ਚੋਂ ਧਾਰਮਿਕ ਅਸਥਾਨਾਂ ਤੋਂ ਸਜਾ ਕੇ ਲੈ ਕੇ ਆਉਣ, ਤਾਂ ਜੋ ਸੰਗਤਾਂ ਜਿਹੜੀਆਂ ਉਸ ਗੁਰੂ ਕੇ ਮਹਿਲ ਨੂੰ ਆ ਕੇ ਨਤਮਸਤਕ ਹੋ ਸਕਣ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ। ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜਾ ਇਹ ਸਮਾਗਮ ਹੈ ਇਹ ਕਿਉਂਕਿ ਪ੍ਰਕਾਸ਼ ਉਤਸਵ ਹੈ, ਪ੍ਰਕਾਸ਼ ਉਤਸਵ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਰੇ ਸੰਸਾਰ ਦੇ ਲੋਕਾਂ ਵਿੱਚ ਸੁਨੇਹਾ ਦੇਣਾ, ਇਹਨੂੰ ਕਿੰਨੀ ਧੂਮਧਾਮ ਨਾਲ ਮਨਾਇਆ ਜਾਂਦਾ। ਜਦੋਂ ਅਸੀਂ ਖਾਲਸੇ ਦਾ ਸਿਰਜਣਾ ਦਿਵਸ ਮਨਾਇਆ ਸੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਸਾਨੂੰ ਪਤਾ ਕਿ ਅਸੀਂ ਕਿੰਨੇ ਚਾਵਾਂ ਨਾਲ ਉੱਥੇ ਲਾਈਟਨਿੰਗ ਕੀਤੀ, ਕਿੰਨੀ ਸਜਾਵਟ ਕੀਤੀ, ਔਰ ਅਸੀਂ ਸਾਡੀ ਰੀਝ ਹੈ ਕਿ 13 ਅਪ੍ਰੈਲ ਤੋਂ ਲੈ ਕੇ 1 ਮਈ ਜਾਂ 10 ਮਈ ਪਿੱਛੇ ਅੱਗੇ ਤੱਕ ਜਾਏਗਾ ਇਹ ਪੂਰਾ ਜਿਹੜਾ 13 ਅਪ੍ਰੈਲ ਤੋਂ ਪੂਰਾ ਡੈਕੋਰੇਟ ਕੀਤਾ ਜਾਵੇ ਸਾਰੇ ਸ਼ਹਿਰ ਦੀਆਂ ਸੜਕਾਂ ਨੂੰ ਲਾਈਟਨਿੰਗ ਰਾਹੀਂ, ਫੁੱਲਾਂ ਰਾਹੀਂ, ਗੇਟਾਂ ਰਾਹੀਂ ਇਹਦੀ ਸਜਾਵਟ ਕੀਤੀ ਜਾਵੇ, ਤਾਂ ਜੋ ਦੁਨੀਆ ਦੇ ਲੋਕ ਉਦੋਂ ਆਮਦ ਸ਼ੁਰੂ ਹੋ ਜਾਵੇ ਜਦੋਂ ਨਗਰ ਕੀਰਤਨ ਆਉਣ, ਉਹਨਾਂ ਨੂੰ ਮਹਿਸੂਸ ਹੋਵੇ ਕਿ ਅਸੀਂ ਉਸ ਪਵਿੱਤਰ ਸਥਾਨ 'ਤੇ ਆਏ ਹਾਂ ਜਿਸ ਅਸਥਾਨ 'ਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੈ। ਸੋ ਇਹ ਬੜੀਆਂ ਵੱਡੀਆਂ ਅੱਜ ਵਿਚਾਰਾਂ ਜਿਹੜੀਆਂ ਕੀਤੀਆਂ ਗਈਆਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਉਤਸਵ, ਜਿੱਥੇ ਅਸੀਂ ਸਾਰੇ ਸੰਸਾਰ ਦੇ ਸਟੇਟਾਂ ਵਿੱਚ ਅਸੀਂ ਕਿਹਾ ਹੋਇਆ ਕਿ ਸਾਰੇ ਇਲਾਕਿਆਂ 'ਚ ਕਰੋ, ਦੇਸ਼ ਦੇ ਵਿੱਚ ਇੱਦਾਂ ਬਾਹਰ ਵਰਲਡ ਲੈਵਲ 'ਤੇ ਵੀ ਸੰਗਤਾਂ ਮਨਾ ਰਹੀਆਂ, ਇੱਥੇ ਅਸੀਂ ਪਟਨਾ ਸਾਹਿਬ, ਪਾਉਂਟਾ ਸਾਹਿਬ ਵੀ, ਸੋਰੀ ਪਟਨਾ ਸਾਹਿਬ ਵੀ, ਦਿੱਲੀ ਵੀ, ਆਗਰੇ ਵੀ, ਜਾਂ ਯੂਪੀ ਦੇ ਵਿੱਚ ਵੀ, ਕਲਕੱਤੇ ਵਿੱਚ ਵੀ, ਕਾਨਪੁਰ ਵੀ, ਵੱਖ ਵੱਖ ਸਟੇਟਾਂ 'ਚ ਮਨਾਏ ਜਾ ਰਹੇ ਹੈ। ਉੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਵੀ ਪਹੁੰਚੀਏ, ਜੇ ਅਸੀਂ ਨਾ ਜਾ ਸਕੇ ਤਾਂ ਸੰਗਤਾਂ ਜਿਹੜੀਆਂ ਉਹ ਆਪਣੇ ਆਪ ਜਿਹੜੀਆਂ ਤਿਆਰੀਆਂ ਕਰ ਰਹੀਆਂ ਹਨ, ਅਤੇ ਮੈਨੂੰ ਖੁਸ਼ੀ ਹੈ ਕਿ ਇਹ ਸਮਾਗਮ ਮਨਾਉਣ ਦਾ ਸਾਨੂੰ ਸੁਭਾਗਾ ਸਮਾਂ ਮਿਲਿਆ। ਸਾਰੀ ਸੰਗਤ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਮਾਗਮ ਸ਼ਾਨੋ ਸ਼ੌਕਤ ਨਾਲ ਸ਼ੁਰੂ ਕੀਤੇ ਜਾ ਰਹੇ ਹੈ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ, ਉਹਨਾਂ ਵਿੱਚ ਵੀ ਵਹੀਰਾ ਕੱਤ ਕੇ ਪਹੁੰਚੋ, ਕੇਸਗੜ੍ਹ ਸਾਹਿਬ ਵਹੀਰਾ ਕੱਤ ਕੇ ਪਹੁੰਚੋ, ਤਾਂ ਜੋ ਉਹਨਾਂ ਨੂੰ ਵੀ ਯਾਦ ਕੀਤਾ ਜਾਏ ਜਿਨ੍ਹਾਂ ਨੇ ਇਹਦੇ ਵਿੱਚ ਵੱਡੇ ਆਪਣੇ ਯੋਗਦਾਨ ਵੀ ਪਾਏ ਹੈ, ਕੁਰਬਾਨੀਆਂ 'ਚ ਵੀ ਪਾਏ ਹੈ, ਅਤੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਵਿੱਚ ਵੀ ਆਪਣੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਸੋ ਮੈਂ ਅੱਜ ਦੇ ਦਿਹਾੜੇ ਉੱਤੇ ਮੈਂਬਰਾਂ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਬੜੇ ਵੱਡੇ ਮੁੱਲੇ ਵਿਚਾਰ ਦਿੱਤੇ ਹੈ ਕਿ ਕੋਈ ਕਿਸੇ ਕਿਸਮ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਤਜ਼ਾਮ ਵਿੱਚ, ਇੱਥੋਂ ਦੇ ਪ੍ਰਬੰਧਾਂ ਵਿੱਚ ਕਿਸੇ ਕਿਸਮ ਦੀ ਕੋਈ ਅਣਗਹਿਲੀ ਕਿਸੇ ਵੀ ਮੁਲਾਜ਼ਮ ਵੱਲੋਂ, ਕਿਸੇ ਵੀ ਸਤਿਕਾਰ ਵਿੱਚ ਆਈ ਸੰਗਤ ਦੇ ਸਤਿਕਾਰ ਵਿੱਚ ਜੇ ਕੋਈ ਕਮੀ ਰਹਿ ਗਈ ਤਾਂ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ। ਇਹ ਵੀ ਅਸੀਂ ਨਾਲ ਹੀ ਅੱਜ ਸਾਰਿਆਂ ਨੇ ਬੜੇ ਵਿਚਾਰ ਆਪਣੇ ਉੱਤਮ ਦੇ। ਆਸ ਕਰਦੇ ਹਾਂ ਕਿ ਸਾਡੇ ਪਾਸਪੋਰਟ ਤਾਂ ਤਕਰੀਬਨ ਆ ਹੀ ਗਏ ਹੈ, ਭੇਜ ਰਹੇ ਹਾਂ ਅਸੀਂ। ਸਰਕਾਰ ਨੇ ਜੇ ਸਾਨੂੰ ਕੋਈ ਲਿਮਿਟ ਜੇ ਅਲਾਓ ਕੀਤਾ, ਜੇ ਸਰਕਾਰ ਨੇ ਕੋਈ ਕੰਡੀਸ਼ਨਾਂ ਲਾਈਆਂ, ਮੈਨੂੰ ਕਿਸੇ ਨੇ IB ਵਾਲੀ ਰਿਪੋਰਟ ਆਈ ਸੀਗੀ ਕਿ ਉਹ ਕਹਿੰਦੇ ਵੈਕਸੀਨੇਸ਼ਨ ਵਗੈਰਾ ਕਰਾ ਲਓ ਜਿਹਨਾਂ ਜਿਹਨਾਂ ਜਾਣਾ, ਉਹ ਤਾਂ ਜਦੋਂ ਸਾਨੂੰ ਉੱਥੋਂ ਗਵਰਨਮੈਂਟ ਆਫ ਇੰਡੀਆ ਤੋਂ ਚਿੱਠੀ ਆ ਗਈ ਜੋ ਸਾਡੇ ਪਾਸਪੋਰਟ ਵੀਜ਼ੇ ਲੱਗ ਕੇ ਆ ਗਏ, ਫਿਰ ਹੀ ਅਸੀਂ ਕਹਾਂਗੇ। ਪਹਿਲਾਂ ਅਸੀਂ ਵੈਕਸੀਨੇਸ਼ਨਾਂ ਦੇ ਕਹਿਣ ਲੱਗ ਪਈਏ ਅਤੇ ਸੰਗਤ ਕਹੇਗੀ ਕਿ ਪਹਿਲਾਂ ਤਾਂ ਇਹੀ ਪਤਾ ਲੱਗੇ ਕਿ ਸਾਨੂੰ ਉੱਥੇ ਜਾਣ ਦਾ ਵੀ ਅਲਾਓ ਵੀ ਕਰਦੇ ਕਿ ਨਹੀਂ ਕਰਦੇ। ਸੋ ਇਸ ਕਰਕੇ ਜੇ ਸਰਕਾਰ ਵੱਲੋਂ ਕੋਈ ਅੜਚਣ ਨਾ ਹੋਈ ਤਾਂ ਜ਼ਰੂਰ ਜਥਾ 'ਤੇ ਜਾਏਗਾ। ਇੱਕ ਕਰੋਨਾ ਦੇ ਮਰੀਜ਼ ਜਿਹੜੇ ਆ ਜੀ ਲਗਾਤਾਰ ਵੱਧ ਰਹੇ ਔਰ ਕਿਸਾਨਾਂ ਦੇ ਉੱਥੇ ਜਿਹੜਾ ਹੈਗਾ ਧਰਨੇ 'ਤੇ ਬੈਠੇ ਨੇ, ਕੀ ਕਹਿਣਾ? ਦੇਖੋ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਪ੍ਰਧਾਨ ਮੰਤਰੀ ਜੀ ਨੂੰ ਅਤੇ ਭਾਰਤ ਸਰਕਾਰ ਨੂੰ ਕਿ ਸਰਕਾਰ ਨੂੰ ਬੜਾ ਸੁਚੇਤ ਹੋਣਾ ਚਾਹੀਦਾ, ਬੜੀਆਂ ਜਾਨਾਂ ਜਾ ਰਹੀਆਂ ਨੇ, ਬੜੀਆਂ ਇਹ ਕਿਤੇ ਬਿਮਾਰੀ ਇੰਨੀ ਨਾ ਫੈਲ ਜਾਵੇ ਕਿ ਵੱਡਾ ਨੁਕਸਾਨ ਹੋ ਜਾਵੇ, ਅਤੇ ਨਾਲੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਬੜੇ ਚਾਵਾਂ ਨਾਲ ਸਾਰੀਆਂ ਸਰਕਾਰਾਂ ਵੀ ਮਨਾ ਰਹੀਆਂ। ਚੰਗਾ ਹੋਵੇ ਜੇ ਪ੍ਰਧਾਨ ਮੰਤਰੀ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਉਤਸਵ 'ਤੇ ਖੁਸ਼ੀਆਂ ਦੇ ਕੇ ਸਾਰੇ ਜਿਹੜੇ ਇਹਨਾਂ ਦੇ ਕਿਸਾਨਾਂ ਦੇ ਮਸਲੇ ਹੈ ਉਹ ਹੱਲ ਕਰ ਦੇਣ, ਤੋ ਆਪਣੇ ਘਰਾਂ 'ਚ ਆ ਸਕਣ ਅਤੇ ਇਸ ਬਿਮਾਰੀ ਦੇ ਇਸ ਲਾਮਤ ਦੇ ਜਿਹੜੇ ਆ ਉਹ ਕੋਈ ਸ਼ਿਕਾਰ ਨਾ ਹੋ ਸਕੇ। ਵਿਦਿਆਰਥੀ ਦੇ ਵਿੱਚ ਜੀ ਉਹਨਾਂ ਨੇ ਕੁਛ ਇਸ ਤਰ੍ਹਾਂ ਦੀ ਧਾਰਾ ਲਗਾ ਦਿੱਤੀਆਂ ਕਿ ਜਿਹੜੀਆਂ ਕਿ 5 ਤੋਂ ਵੱਧ ਇਕੱਠੇ ਨਹੀਂ ਹੋ ਸਕਦੇ ਵਿਦਿਆਰਥੀ ਦੇ ਵਿੱਚ, ਕਿ 5 ਤੋਂ ਵੱਧ ਜਿਹੜਾ ਇਕੱਠੇ ਹੋਏਗਾ ਉੱਤੇ ਐਕਸ਼ਨ ਲਿਆ ਜਾਏਗਾ। ਦੇਖੋ, ਇਹ ਤਾਂ ਮੈਂ ਦੇਖਿਆ ਜੀ ਅੱਗੇ ਵੀ ਸਰਕਾਰ ਜਿਹੜੀ ਸੀਗੀ ਇਹਨਾਂ ਨੇ ਡਰਾ ਡਰਾ ਕੇ ਲੋਕਾਂ ਨੂੰ ਮਾਰ ਦਿੱਤੇ ਸੀ, ਫਿਰ ਵੀ ਆ 5-6 ਮਹੀਨੇ ਨਿਕਲੇ ਆ ਅਤੇ ਲੋਕ ਜਿਹੜੇ ਆ ਜਾ ਹੀ ਰਹੇ ਆ, ਕੋਈ ਗੁਰਦੁਆਰਿਆਂ 'ਚ ਵੀ ਇਕੱਠ ਹੋ ਰਹੇ ਆ। ਜਦੋਂ ਕਿਤੇ ਮਾੜੀ ਸੰਗਤ ਜਿਹੜੀ ਆਪਣੀ ਰੋਟੀ ਕਮਾਉਣ ਲੱਗਦੀ ਹੈ
देखो रोजी रोटी कमाने वास्ते हर एक ने अपने दफ्तर भी जाना, अपने कारोबार भी करने हैं, पर यह जरूर है कि जे इस बीमारी का कोई वाधा हो रहा तो एहतियात सानू वरत लैनी चाहिए, जिहड़ी एहतियात है वह वरतनी चाहिए है, ना कि अगे भी असं बड़े संकट विचों लंघे, साढ़े जिने कारोबार है लोगों के ठप हो गए हैं, जे असी थोड़ा जिहा एहतियात वरत लाँगे वो सरकार को कहना चाहिए भी इन्हों इन्होंने कंडीशन जड़िया ने उन्होंने फॉलो करो ता कि अपनी रोटी भी कमा सकन, लोग कारोबार भी चला सकन, ते वो अपनी जिंदगी भी सौखा बना सकन। कहिंदे आ कि पाकिस्तान तो साड़ी चिट्ठी आ गई है जी भी सानू जत्था भेजो 12 तरीक तो लैके 22 तरीक तक, 12 अप्रैल तो 22 तरीक, ठीक है जी। ये असी भारत सरकार तो भी आस करते हैं कि सानू नहीं रोकणगे, जो शर्तां होणगियां वो ला देणगे, असी अपने जो श्रद्धालु है उन्होंने दस देंगे कि जिन्होंने जाना है वो अपनी तैयारी करके जान ता जो किसी किस्म की कोई अड़चन ना पैसे। पाकिस्तान वालों विसाखी का जत्था ले जाने लिए 12 अप्रैल तो लैके 20 अप्रैल तक उत्थे पहुँचने वास्ते सानू उन्हें सद्दा पत्र भेज दिता कि तुसी अपना जत्था भेजो, असी हुण जल्दी क्योंकि साढ़े को पासपोर्ट बहुते आ गए है तो बहुते असी होर मंगा लाँगे, जिन्हें पासपोर्ट होणगे असी एम्बैसी भेजांगे, वीजे लगनगे, भारत सरकार जो सानू हदायत करेगी कंडीशन करेगी उस हिसाब के नाल सीटी जत्था भेज। पंजाब सरकार ने अपने बजट के महिलावां दी सरकारी बसों के विच किराया माफ कर दिया है, पहला तो जी मैं चाहती नहीं सी कि मेरे अज का समागम बड़ा वड्डा गुरमत प्रकाश जिहड़ा समागम साडा हैगा, पर एक मैं जरूर कहांगी कि 4 साल तो अगे पहला लारे लाउंदे नूं हो गए, आ 5वां साल है जी, पहला नंबर 1 तो सरकारी बसां चलदियां किन्नियां क, नंबर 2 सरकारी बसा चढ़ता किन्ने क, तो ये अज का समा जड़ा है वो लगता नहीं कि सानू उन्हें कोई विश्वास हो सके, क्योंकि 4 साल पहला उन्होंने गुटका साहब की सहु खा के जो कुछ किया अज के बजट कितने पूरे हो जाएंगे।